ਅਸਲਾਮੁਅਲੈਕੁਮ, ਕੀ ਹਾਲ ਚਾਲ ਨੇ ਜੀ? ਠੀਕ ਠਾਕ ਸਾਰੇ, ਫਸਟ ਕਲਾਸ ਹੋ? ਅਤੇ ਇੱਕ ਵਾਰੀ ਫਿਰ ਮੇਰੇ ਨਾਲ ਅੱਜ ਵੀਡੀਓ 'ਚ ਸੋਨੂੰ ਭਾਈ, ਮੇਰੇ ਕਜ਼ਨ ਵੀ ਨਾ, ਤੁਹਾਨੂੰ ਮੈਂ ਪਹਿਲੇ ਵੀ ਦੱਸ ਚੁੱਕਿਆ ਅਤੇ ਪਹਿਲੇ ਵੀ ਦੋ ਤਿੰਨ ਵੀਡੀਓ 'ਚ ਮੇਰੇ ਨਾਲ ਆ ਗਏ ਨੇ, ਅਤੇ ਨਾਲ ਅਲੀ ਭਾਈ ਆ ਵੀ ਮੇਰੇ ਕਜ਼ਨ ਹੈ ਅਤੇ ਮੇਰੇ ਚਾਚਾ ਜੀ ਨੇ। ਚਾਚਾ ਜੀ ਨੇ? ਸਾਡੇ ਚਾਚਾ ਜੀ। ਅਤੇ ਅੱਜ ਦਾ ਵਲੌਗ ਜਿਹੜਾ ਨਾ, ਮਤਲਬ ਕਿ ਇਹਦੇ ਪ੍ਰੋਡਿਊਸਰ ਸੋਨੂੰ ਭਾਈ ਅਤੇ ਮੈਂ ਕੈਮਰਾ ਕਰ ਰਿਹਾ ਹੁਣ ਸੋਨੂੰ ਭਾਈ ਦੇ ਹੈਂਡ ਓਵਰ, ਅਤੇ ਇਹਦੀ ਟੋਟਲ ਕਮੈਂਟਰੀ, ਟੋਟਲ ਜਿਹੜੀ ਆ ਨਾ ਲੋਕੇਸ਼ਨ, ਤੁਹਾਨੂੰ ਵਿਊਜ਼ ਸਾਰੇ ਸੋਨੂੰ ਭਾਈ ਵਹਾਂਗੇ। ਅਤੇ ਸੋਨੂੰ ਭਾਈ, ਹੈਲੋ ਗਾਇਸ, ਹਾਊ ਆਰ ਯੂ? ਆਈ ਹੋਪ ਕਿ ਆਪ ਸਭ ਖੈਰੀਅਤ ਸੇ ਹੋਣਗੇ। ਇਹ ਨਹੀਂ, ਪੇਂਡੂ ਬੁਆਏ ਚੱਲਣਾ ਨਾਮ ਹੈ ਮੈਂ। ਪੇਂਡੂ ਪੇਂਡੂ, ਹਾਂਜੀ ਯਾਰੋ, ਵੇਲੀਓ ਮਿੱਤਰੋ ਅਤੇ ਸਹੇਲੀਓ, ਕੀ ਹਾਲ ਚਾਲ ਹੈ? ਸੁਣਿਆ ਅੱਜ ਕੱਲ੍ਹ ਵੇਲੀਓ ਵੇਲੀਓ ਵੇਲੀਓ, ਅਤੇ ਸਾਡੇ ਚੈਨਲ ਨੂੰ ਦੇਖਦੇ ਰਹੋ। ਵੇਲੇ ਲੋਕਾਂ ਵਾਸਤੇ ਵੇਲਾ ਚੈਨਲ ਬਣਾਇਆ ਗਿਆ। ਬਿਲਕੁਲ ਬਿਲਕੁਲ, ਜੋ ਵੀ ਵੇਲਾ ਇਸ ਟਾਈਮ ਸਾਡਾ ਚੈਨਲ ਓਪਨ ਕਰੇ, ਤੁਹਾਨੂੰ ਪਿੰਡ ਦਾ ਵਿਜ਼ਿਟ ਦਿਖਾਉਂਦੇ ਹਾਂ। ਮੇਲੇ ਇੱਕ ਤਾਂ ਜਾ ਰਹੇ ਹਾਂ, ਮੇਲਾ ਇਨਸ਼ਾਅੱਲਾ ਬਹੁਤ ਜ਼ਿਆਦਾ ਇੰਜੋਏ ਕਰਾਂਗੇ। ਮੇਲਾ? ਹਾਂ ਸਰ, ਮੇਲਾ ਉਹ ਬੜੀ ਸਦਵਾਲ। ਉੱਧਰ ਜਾਣਾ ਅਲੀ ਸਾਹਿਬ ਹੋਰ ਇਹਨੇ, ਇਹ ਸਾਨੂੰ ਇਹਨਾਂ ਨੇ ਸਾਨੂੰ ਲੋਕੇਸ਼ਨ ਸੈਂਡ ਕੀਤੀ ਸੀ ਕਿ ਉੱਥੇ ਮੇਲਾ, ਅਤੇ ਹੁਣ ਇਹਨਾਂ ਨੂੰ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਮੇਲੇ ਵਾਸਤੇ। ਅਤੇ ਰਸਤੇ ਦੇ ਵਿੱਚ ਜੋ ਹੈ ਬਸੈਂਤਰ ਆਉਣਾ, ਉੱਥੇ ਸੁਣਿਆ ਪਾਣੀ ਆਇਆ ਤਾਂ ਗੱਡੀ ਅਸੀਂ ਮੋਢੇ 'ਤੇ ਰੱਖ ਕੇ ਪਾਰ ਕਰਵਾਉਣੀ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਮੈਨੂੰ ਇਹ ਸਭ ਕੁਛ ਨਹੀਂ ਦੱਸਿਆ, ਮੈਨੂੰ ਬਸ ਇੰਨਾ ਦੱਸਿਆ ਸੀ ਮੇਲੇ ਜਾਣਾ, ਮੇਲੇ ਜਾਣਾ, ਲੇਕਿਨ ਨਹੀਂ ਮੈਨੂੰ ਨਾ ਕਿਉਂ ਆਇਆ ਸੀ ਸਰ, ਝੂਠ ਬੋਲਦਾ ਬੰਦਾ। ਮੈਨੂੰ ਮੇਲੇ ਦਾ ਨਹੀਂ ਦੱਸਿਆ, ਜੰਗਲ ਜਾਣੇ ਖਿਲਾਰ ਕੇ ਇੱਥੇ ਗਿਆ, ਕਿਹਾ ਇੱਥੇ ਇੰਟਰਵਿਊ ਦੇਣੀ ਆ ਅਤੇ ਲੋਕੇਸ਼ਨ ਬੜੀ ਅੱਛੀ ਆ, ਨਾਲੇ ਤੁਹਾਨੂੰ ਸਰ ਬਹੁਤ ਜ਼ਿਆਦਾ ਇੰਜੋਏ ਦੀ ਵੀਡੀਓ ਅੱਜ ਬਣੀ, ਇਨਸ਼ਾਅੱਲਾ ਬਹੁਤ ਜ਼ਿਆਦਾ ਇੰਜੋਏ ਕਰੋਗੇ ਤੁਸੀਂ। ਵਿਲੇਜ ਲਾਈਫ ਤੁਹਾਨੂੰ ਨਾਲ ਨਾਲ ਇੰਟਰਟੇਨ ਕਰਵਾਉਂਦੇ ਰਹਿੰਦੇ ਆ। ਬਿਲਕੁਲ ਬਿਲਕੁਲ, ਅਤੇ ਸੋਰੀ ਫਿਰ ਇੰਗਲਿਸ਼ ਦਾ ਲਫਜ਼ ਆ ਗਿਆ, ਮਤਲਬ ਇੰਗਲਿਸ਼ ਪੰਜਾਬੀ ਭਾਸ਼ਾ, ਉਰਦੂ ਨਹੀਂ, ਉਰਦੂ ਨਹੀਂ, ਉਰਦੂ ਉਰਦੂ ਨਹੀਂ, ਸੈਪਲੀ ਚਾਹੀਦੀ, ਉਰਦੂ ਚੀਜ਼ ਚਾਹੀਦੀ, ਅਤੇ ਤਾਂ ਵਾਸੀ ਦੇ ਚੈਨਲ 'ਤੇ ਉਰਦੂ ਬੋਲਣਾ ਅਲਾਊਡ ਨਹੀਂ ਆ। ਅਤੇ ਚਲੋ ਫਿਰ ਚੱਲਦੇ ਹਾਂ। ਹਾਂਜੀ ਅਲੀ ਭਾਈ ਨੇ, ਅਲੀ ਭਾਈ ਜੀ ਜੀ ਸਲਾਮ। ਅਲੀ ਭਾਈ ਸਾਡਾ ਫੋਟੋ ਸ਼ੂਟ ਵੀ ਕਰਨਗੇ? ਹਾਂ ਇਨਸ਼ਾਅੱਲਾ। ਅਤੇ ਅੱਜ ਅਸੀਂ ਮੰਗ ਕੇ ਲਿਆਂਦਾ DSL, ਅਤੇ ਅਸੀਂ ਬਹੁਤ ਘੈਂਟ ਘੈਂਟ ਤਸਵੀਰਾਂ ਖਿੱਚਾਂਗੇ। ਹਾਂ ਇਨਸ਼ਾਅੱਲਾ, ਅਤੇ ਬਾਕੀ ਤੁਸੀਂ ਦਿਖਾਵਾਂਗੇ ਵੀਡੀਓ, ਵੇਖਦੇ ਰਹੋ ਲਾਸਟ ਤੱਕ, ਮਜ਼ਾ ਆਏਗਾ। ਹਾਂਜੀ ਬਹੁਤ ਮਜ਼ਾ ਆਏਗਾ, ਕੈਮਰਾ ਫੜ ਲਓ ਫਿਰ ਤੁਸੀਂ, ਮੇਰੇ ਹੈਂਡ ਓਵਰ ਖਤਮ ਹੈ, ਅੱਜ ਦਾ ਵਲੌਗ ਤੁਹਾਡਾ, ਅੱਜ ਦਾ ਵਲੌਗ ਸਾਡੇ ਸਪੋਰਟ ਦਾ ਜੀ। ਓਕੇ ਜੀ, ਅੱਜ ਦੇ ਵਲੌਗ 'ਚ ਤੁਸੀਂ ਰਹਿਣਾ ਸੋਨੂੰ ਕਰੋੜਪਤੀ ਦੇ ਨਾਲ। ਬਿਲਕੁਲ ਬਿਲਕੁਲ। ਅਸੀਂ ਬਸੈਂਤਰ ਦੇ ਕਿਨਾਰੇ 'ਤੇ ਪਹੁੰਚ ਗਏ ਹਾਂ, ਜਿੱਥੇ ਪਾਣੀ ਹੈ, ਨਾਲਾ ਡੇਕ ਜਿਹਨੂੰ ਕਹਿੰਦੇ ਆ, ਅਤੇ ਦੇਖਣ ਦੇ ਵਿੱਚ ਪਾਣੀ ਬਹੁਤ ਜ਼ਿਆਦਾ। ਤੁਸੀਂ ਇਕੱਲੇ ਵੀਡੀਓ ਬਣਾਉਣੀ? ਨਹੀਂ ਸਰ, ਅਭੀ ਨਾਲ ਹੈਗੇ ਨੇ, ਸਰ ਨੀਲਾ ਵਿੱਚ ਨਾਲ ਹੈਗੇ ਨੇ, ਅਲੀ ਭਾਈ ਵੀ ਨਾਲ ਹੈਗੇ। ਅਤੇ ਸਰ ਜੀ ਅਸੀਂ ਚੈੱਕ ਕਰ ਲੱਗੇ, ਅਗਰ ਪਾਣੀ ਕੰਟਰੋਲ 'ਚ ਹੋਏਗਾ ਤਾਂ ਮੋਟਰਸਾਈਕਲ ਅਸੀਂ ਗੰਦੇ 'ਤੇ ਰੱਖੇ, ਜਿਸ ਤਰ੍ਹਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਕਿ ਨੰਘਾ ਕੇ ਤੁਹਾਨੂੰ ਦਿਖਾਵਾਂਗੇ। ਅਤੇ ਜੇ ਪਾਣੀ ਜ਼ਿਆਦਾ ਹੋਏਗਾ ਤਾਂ ਮਾਜ਼ਰਤ ਹੈ ਕਿ ਇਹ ਕੰਮ ਕਰਨਾ ਬਹੁਤ ਰਿਸਕੀ ਹੋ ਸਕਦਾ, ਕਿਉਂਕਿ ਸਫ਼ਰ ਬਹੁਤ ਦੂਰ ਦਾ, ਅਗਰ ਗੱਡੀ ਵਿੱਚ ਡਿੱਗ ਵੀ ਤਾਂ ਤੁਹਾਨੂੰ ਪਤਾ ਬਾਅਦ ਸਟਾਰਟ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ। ਤਾਂ ਨਹੀਂ ਸਭਾਈ ਲਾਗੇ ਫਿਰ ਆਓ, ਤੁਸੀਂ ਵਿੱਚ ਨਹੀਂ ਆਉਣਾ? ਬਹੁਤ ਮਜ਼ੇਦਾਰ ਵੀਡੀਓ ਬਣੇਗੀ ਅੱਜ। ਜੇ ਕਿਤੇ ਵਿਜ਼ਿਟ ਵੁਜ਼ਿਟ ਕਰਨਾ ਹੋਏ, ਕਮੈਂਟ ਕਰਿਓ, ਤੁਹਾਨੂੰ ਐਡਰੈਸ ਮੈਸੇਜ ਕਰ ਦਿਆਂਗੇ, ਅਤੇ ਵਟਸਐਪ ਨੰਬਰ 'ਤੇ ਤੁਸੀਂ ਕੰਟੈਕਟ ਕਰਕੇ ਅਤੇ ਸਾਡੇ ਇਲਾਕੇ ਦਾ ਵਿਜ਼ਿਟ ਕਰ ਸਕਦੇ ਹੋ। ਚਲੋ ਪਾਣੀ, ਜੇ ਪਾਣੀ ਬਹੁਤ ਜ਼ਿਆਦਾ ਤਾਂ ਵਾਸਤੇ ਮੋਟਰਸਾਈਕਲ ਲਗਾਉਣ ਦੇ ਵਿੱਚ ਮੁਸ਼ਕਲ ਆ ਰਹੀ ਹੈ, ਅਤੇ ਉਹ ਸਾਡਾ ਬਾਈ ਇੱਕ ਆ ਰਿਹਾ, ਦੌੜ ਦੌਣ ਸਾਨੂੰ ਦੱਸੇਗਾ ਪਾਣੀ ਕਿਸ ਤਰ੍ਹਾਂ ਹਿਸਾਬ ਹੈ, ਉਸ ਹਿਸਾਬ ਨਾਲ ਫਿਰ ਅਸੀਂ ਕਰਨਾ ਥੋੜ੍ਹਾ ਬਹੁਤ ਤਜਰਬਾ। ਇਹ ਬਾਈ ਵੀ ਕਾਫੀ ਦੇਰ ਖਲੋਤੇ ਨੇ, ਇਹਦੇ ਮੋਢੇ ਤੇ ਮੈਂ ਮੋਟਰਸਾਈਕਲ ਹਵਾਣੀ ਰਹਾਣੀ ਹੈ, ਭਾਵੇਂ ਮੋਟਰਸਾਈਕਲ ਕੋਈ ਨਹੀਂ, ਪਾਣੀ ਚ ਪਾਵੇਂ ਰੱਖੀ, ਭਾਵੇਂ ਸੜਕ ਤੇ ਰੱਖ ਲਈਏ, ਮੋਢੇ ਤੇ ਰੱਖਣੀ ਮੋਟਰਸਾਈਕਲ, ਰਹਾਣੀ ਮੋਟਰਸਾਈਕਲ ਮੋਟਰਸਾਈਕਲ ਚ ਗਵਾ ਕੇ ਨਾ ਫੇਰ ਕਰਵਾ। ਪ੍ਰੋਗਰਾਮ ਕੈਂਸਲ ਮੋਢੇ ਵਾਲਾ। ਅੱਛਾ, ਕਿਸਮਤ ਨੇ ਬੜਾ ਸਾਥ ਦਿੱਤਾ ਸੋਨੂੰ ਭਾਈ ਦਾ, ਨਹੀਂ ਤਾਂ ਮੇਰਾ ਫੁੱਲ ਪਲੈਨ ਸੀ ਕਹਿੰਦੇ ਮੋਢੇ 'ਤੇ ਮੈਂ ਮੋਟਰਸਾਈਕਲ ਹਾ ਕੇ ਨਾ ਇਹਨੂੰ ਪਾਰ ਕਰਵਾਉਣਾ, ਲੇਕਿਨ ਪਾਣੀ ਦਾ ਤੁਹਾਨੂੰ ਸੀਨ ਵਿਖਾਇਆ, ਪਾਣੀ ਨੂੰ ਲੈਵਲ ਤੋਂ ਬਾਹਰ ਸੀ, ਮਤਲਬ ਕਿ ਅਗਰ ਐਨਾ ਵੀ ਹੁੰਦਾ ਨਾ ਤਾਂ ਫਿਰ ਵੀ ਕਰ ਲੈਣਾ ਸੀ। ਸੋਨੂੰ ਭਾਈ ਦਾ ਤਾਂ ਮਾਸ਼ਾਅੱਲਾ ਸਾਡੇ ਐਨਾ ਤਾਂ ਮੇਰੇ ਐਨਾ ਸੀ ਸਰ। ਹਾਂ ਤਾਂ ਸੋਨੂੰ ਭਾਈ ਦਾ ਐਨਾ ਸੀ, ਤਾਂ ਇਸ ਵਜ੍ਹਾ ਤੋਂ ਮੋਟਰਸਾਈਕਲ ਬਾਹਰ ਸੀ। ਹੋਰ ਚੀਜ਼ਾਂ ਦਿਖਾਉਣੇ, ਬੜੀਆਂ ਚੀਜ਼ਾਂ ਦੇਖਣ ਵਾਲੀਆਂ, ਇਨਸ਼ਾਅੱਲਾ ਮਜ਼ਾ ਆਏਗਾ। ਵੱਲ ਆ ਕਮਾਲ, ਲਾ 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 ਲਾ
सिर्फ एक पानी आने की वजह तो बसंत सू किंगरा सैड से जाके फिर जफरवाल सैड में होकर दरमान सैड से पहुंचे हाँ। तो पेट्रोल बिल्कुल खत्म हो गया से पेट्रोल पंप तुम पेट्रोल डलवा रहे हैं। अनीस भाई और बिल्कुल पगल हो गए हैं, गर्मी बड़ी गर्मी बहुत ज़्यादा लग पीड़ हो रही है। तो अली भाई कर रहे हैं ड्राइव बड़े हौसले न अपने मुंडे को बचने वास्ते ने सू तकरीबन कि सफर करवाया ज्यादा 15 किलोमीटर चपेट मारनी तकरीबन 30 किलोमीटर पैदा होया सफर सा 15 किलोमीटर तो 15 किलोमीटर मैं नहीं आया 15 से 45 हो गए 45 किलोमीटर हो गया सर। ओके हो गया तो दरमान जाके थोड़ी जी गुफ्तगू छप छप जी। तो आज सोनू भाई ने सू बहुत जलील किया है तकरीबन 15 किलोमीटर का सफर ही जरा ने 45 किलोमीटर करवाया 5 किलोमीटर अभी बाकी है। अच्छा 5 किलोमीटर हले होर है तो भैड़े हाल हो गए ना बड़ा ही कट्टा लोग बना निकले से ज़ारा सफर जिन्ना ज्यादा है नहीं ज्यादा चीज़ा देखा इतना रास्ते में कैमरा नहीं आने तो बहुत अच्छा चीज़ा वो दूर पीटर चल रहा तो हूँ पीटर से जाकर खराब शोर बहुत जाना पीटर का लेकिन मूछ धो लिए जाएंगे चलो आइडिया पता ही वीडियो बना रहे हैं लेकिन इस वास्ते हॉर्न दे रहे थे आइडिया चलो यार मुंह धोलिए एंडिंग बड़े मेले लै गया ना मैं कि गुआच ही ना जावा इस वजह तो मैं लोकेशन ऑन कर लिया अपनी मेले च घूमता मेला कि बड़ा लोग आ जाते हैं 3-4 दुकान 3-4 दुकान मेला भी अस्पताल जी मेला तो हमारा मेला चलो मेल हो गया मेला जो है देख लो चल तू भी खाइए ओके चलो मेले तिना कोई नी पिया मुंडे एक को पिया तो बाबे ने पाने 100 रुपया लगता है मुंडा है बाबा बाबा अंदर अंदर सा जी
गोरे लोग मेला वेखना आते मैं कहते मेला छोटा कैसी गल यार नहीं दस हूं दस ऐसी गल है सोनू भाई काले गोरे सारे आए सोनू भाई गोरा आए है भी विखाया मेला वैसे सोनू भाई ने सानू तो हूँ नान पकौड़े तो बोतल फड़ के तो परे परे जा रहा है कितना कुछ लै किता यार सिर्फ नान पकौड़े मेले चू लेना है बोतल मेले तू अगले पिंड तू लेना कैचअप उस तू अगले पिंड चू लेना है तो हूँ बंड के खाओ मजे का खाओ भुख काफ़ी ज़्यादा लग गई तो मैं चलो कुछ खा लीए ना अली साहब किसी का वेट कर लग पैना समझ प्राइवेट गलना भी बेची हाँ जी बेची लाई चलो हूं तो अं पकौड़े खाइए सोनू भाई देखने खाने दे जे खाने जे तो अपने अपने ले लो हूँ तू क्यों फटका पॉइंट वाली गल है वैसे तू किवें देइए तुहानू है भी सीन अपना पैलियां च ओ उत्थे मोटरसाइकिल खड़ी की है आपे पैलियां च आ गईआं